ਸਾਤਸਰੀਅਕਾਲ ਤੁਸੀਂ ਦੇਖ ਰਹੇ ਹੋ ਤੱਕ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉਹ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਗੱਲਬਾਤ ਪੰਜਾਬ ਦੀ ਸਿਆਸਤ ਨੂੰ ਲੈ ਕੇ ਇਕਤਾ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ ਇਹਦਾ ਅਸਰ ਸਿਆਸੀ ਹਵਾ ਦੇ ਉੱਤੇ ਕਿਦਾਂ ਦਾ ਪੈਣਾ ਕਿਉਂਕਿ ਪਿਛਲੇ ਕੁਝ ਦਿਨਾਂ ਤੱਕ ਜਿਹੜੀ ਚਰਚਾ ਸੀ ਕਿ ਮਜੀਠੀਆ ਨੂੰ ਗ੍ਰਿਫਤਾਰ ਕਰ ਲੈਣਾ ਹੈ ਇਹਦਾ ਫਾਇਦਾ ਕਿਹੜੀ ਧਿਰ ਨੂੰ ਹੋਣਾ ਹੈ ਕਾਂਗਰਸ ਨੂੰ ਕਿੰਨਾ ਖੂਨ ਹੈ ਜਾਂ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਕਿੰਨਾ ਖੂਨ ਹੈ ਕਿਉਂਕਿ ਇੱਕ ਹੁੰਦਾ ਹੈ ਕਿ ਲੋਕਪੱਭ ਉਤਾਰੇ ਤਹਿਤ ਵੀ ਵੋਟਾਂ ਪਾ ਲੈਂਦੇ ਨੇ ਇਹ ਸਾਰਾ ਕੁਝ ਪਰ ਅੱਜ ਦੇ ਸਮੇਂ ਦੀ ਜਦੋਂ ਗੱਲ ਕਰਦੇ ਆ ਤਾਂ ਲੋਕ ਬਹੁਤ ਸਿਆੜੇ ਨੇ ਕਿਉਂਕਿ ਮੈਦਾਨ ਦੇ ਵਿੱਚ ਜਿੱਥੇ ਰਵਾਇਤੀ ਪਾਰਟੀਆਂ ਨੇ ਉੱਥੇ ਸੰਯੁਕਤ ਸਮਾਜ ਮੋਰਚਾ ਵੀ ਖੜਾ ਉਹਦੀ ਵੀ ਗੱਲ ਕਰਾਂਗੇ ਜੂਜਦਾ ਪੰਜਾਬ ਵਾਲਾਂ ਦੇ ਵਿੱਚੋਂ ਕੁਝ ਇੱਕ ਮੈਂਬਰਾਂ ਨੂੰ ਸੰਯੁਕਤ ਸਮਾਜ ਮੋਰਚੇ ਵਿੱਚ ਰਾਜੀਵਾਲ ਸਾਹਿਬ ਨੇ ਕਿਹਾ ਸੀ ਕਿ ਅਸੀਂ ਉਹਦੀ ਸਲਾਹ ਲੈਣੀ ਹੈ ਤੇ ਉਹਨਾਂ ਨੇ ਅੱਗੋਂ ਕੀ ਕਿਹਾ ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਨਾਲ ਨਾਲ ਗੱਲ ਅਸੀਂ ਹੋਰ ਵੀ ਜਿਹੜੀਆਂ ਵੱਡੀਆਂ ਖਬਰਾਂ ਚਰਚਾ ਦੇ ਵਿੱਚ ਲੈ ਕੇ ਆ ਮਾਡਯੂ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਪੰਜਾਬ ਦੌਰਾ ਸੀਗਾ ਉਹ ਰੱਦ ਹੋਇਆ ਕਿਉਂ ਹੋਇਆ ਉਹ ਸਾਰੇ ਦੇ ਉੱਤੇ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਆਪਸ ਕਿਉਂ ਬੇਸੁਰੱਖਿਆ ਦੀਆਂ ਖਾਮੀਆਂ ਉਹਨੂੰ ਲੈ ਕੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਆ ਇਧਰੋਂ ਪੰਜਾਬ ਦੀ ਸਿਆਸਤ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਚੋਣ ਨਿਸ਼ਾਨ ਮਿਲ ਗਿਆ ਤੇ ਹੁਣ ਉਹ ਅੱਗੇ ਚੋਣ ਨਿਸ਼ਾਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਖੇਡ ਖੇਡਣਗੇ ਇਹ ਤਾਂ ਲੋਕ ਹੀ ਦੱਸਣਗੇ ਪਰ ਉਹ ਕਹਿੰਦੇ ਕਿ ਖਿੱਦੋਕੁੰਡੀ ਮਿਲੀ ਆ ਤੇ ਅਸੀਂ ਗੋਲ ਕਰਨਾ ਕਿ ਬੜੀ ਛੇਤੀ ਜਿਹੜਾ ਨਤੀਜੇ ਉਹ ਤੋਂ ਬਾਅਦ ਲੋਕਾਂ ਦੇ ਸਾਹਮਣੇ ਆ ਜਾਣਾ ਕਿ ਕਿੰਨੇ ਕੁ ਗੂਲ ਉਹਨਾਂ ਨੇ ਕੀਤੇ ਨੇ ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਉਗਰਾਹਾ ਸਾਹਿਬ ਨੇ ਕੀ ਕੁਝ ਕਿਹਾ ਜਾਂ ਹੋਰ ਕਿਸਾਨਾਂ ਦੇ ਮੋਰਚੇ ਨੂੰ ਕਿਸ ਤਰ੍ਹਾਂ ਦਾ ਸਾਥ ਇਧਰ ਉਧਰ ਮਿਲ ਰਿਹਾ ਉਹ ਵੀ ਸੜਲ ਜੀ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਸਾਰਾ ਦਿਨ ਚਰਚਾ ਤਾਂ ਜਿਹੜੀ ਰਹੀ ਸਿਆਸਤ ਦੇ ਵਿੱਚ ਕਿਹਨੇ ਕੀ ਕਰਨਾ ਪਰ ਇੱਕ ਜਿਹੜੀ ਵੱਡੀ ਖਬਰ ਮੈਂ ਮਜੀਠੀਆ ਸਾਹਿਬ ਤੋਂ ਸ਼ੁਰੂ ਕਰਦਾ ਵਿਕਰਮ ਸਿੰਘ ਮਜੀਠੀਆ ਤੋਂ ਇਹਦਾ ਅਸਰ ਕਹਿੰਦੇ ਹੁਣ ਪੰਜਾਬ ਦੀ ਸਿਆਸਤ ਤੇ ਅਕਾਲੀ ਦਲ ਪੱਖੀ ਉਹਨਾਂ ਦਾ ਤਾਂ ਮੂੰਹ ਮਿੱਠੇ ਕਰਾ ਰਹੇ ਨੇ ਇੱਕ ਦੂਜੇ ਦੇ ਚੰਨੀ ਸਾਹਿਬ ਕਹਿੰਦੇ ਕਿ ਕੋਈ ਗੱਲ ਨਹੀਂ ਫੇਰ ਕੀ ਹੈ ਪਰਚਾ ਤਾਂ ਰੱਦ ਨਹੀਂ ਹੋਇਆ ਪਰਚਾ ਤਾਂ ਉਹਦਾ ਹੀ ਚੱਲ ਰਿਹਾ ਆ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਵੇਖੋ ਗੱਲ ਬੜੀ ਸਾਫ਼ ਹੈਗੀ ਆ ਕਿ ਚੀਜ਼ਾਂ ਦੇ ਉੱਤੇ ਰਾਜਨੀਤੀ ਜ਼ਿਆਦਾ ਹੋ ਰਹੀ ਆ ਕਿ ਲੋਕਾਂ ਦੇ ਪ੍ਰਭਾਵ ਛੱਡਿਆ ਜਾਏ ਐਸਨ ਚ ਕੁਝ ਕੀਤਾ ਨਾ ਜਾਏ ਲੁਕਨ ਵੰਜ ਇੱਕ ਕੋਈ ਚੂਸਾ ਜਿਹਾ ਦੇਤਾ ਜਾਂ ਚੂਸੀ ਜਾਣ ਮਜ਼ਾ ਆਵੇ ਪਰ ਉਹਦਾ ਢਿੱਡ ਨਾ ਪਰੇ ਕਿਸੇ ਵੀ ਤਰੀਕੇ ਨਾਲ ਭੁੱਖੇ ਦਾ ਭੁੱਖਾ ਹੀ ਰਹੇ ਪਰ ਉਹਨਾਂ ਨੂੰ ਲੱਗੇ ਕਿ ਸਾਡਾ ਢਿੱਡ ਭਰਿਆ ਇਸ ਕਿਸਮ ਦੀ ਰਾਜਨੀਤੀ ਸਾਰੀ ਹੋ ਗਈ ਹੈ ਕਿਸੇ ਵੀ ਕਿਸਮ ਦਾ ਮਾਫੀਆ ਨਹੀਂ ਰੁਕਿਆ ਮੈਨੂੰ ਦੱਸੋ ਕਿ ਰੇਤਾ ਦੀ ਸਮਗਲਿੰਗ ਰੁਕੀ ਆ ਉਹ ਜਿਹੜਾ 5.5 ਰੁਪਏ ਪਰ ਫੋਟ ਦਾ ਜਿਹੜਾ ਕਿਆ ਚੀ ਮਿਨਿਸਟਰ ਸਾਹਿਬ ਨੇ ਉਹ ਤੇ ਜਿੱਥੇ ਰੇਤਾ ਨਿਕਲਦਾ ਉੱਥੇ ਆ ਪਰ ਲੋਕਾਂ ਨੇ ਆਪਣਾ ਘਰ ਉੱਥੇ ਥੋੜੀ ਬਣਾਉਣਾ ਲੋਕਾਂ ਨੇ ਕਿਸੇ ਨੇ 50 ਕਿਲੋਮੀਟਰ ਤੇ ਕਿਸੇ ਨੇ 20 ਕਿਲੋਮੀਟਰ ਤੇ ਜਦੋਂ ਤੱਕ ਟਿਪਰ ਉੱਥੇ ਪਹੁੰਚਦਾ ਦੁੱਗਣਾ ਤਿਗਣਾ ਭਾਅ ਹੋ ਜਾਂਦਾ ਤੇ ਇਸ ਲਈ ਉਸ ਜਿਹੜਾ ਐਲਾਨ ਦਾ ਕੋਈ ਬਹੁਤਾ ਅਰਥ ਤਾਂ ਨਹੀਂ ਰਹਿੰਦਾ ਕਿ ਜਿੱਥੇ ਅਵੇਲੇਬਲ ਆ ਤਾਂ ਤੇ ਉੱਥੇ ਸਾਡੇ 5 ਫੁੱਟ ਪਰ ਸਪੈਰ ਫੁੱਟ ਮਿਲਦਾ ਇਹ ਭਾਵੇਂ ਰੇਤਾ ਦੀ ਗੱਲ ਆ ਲੋ ਹੋਰ ਕਿਸੇ ਵੀ ਕਿਸਮ ਦੇ ਜਿਹੜੇ mafia ਹੈਗੇ ਆ ਟਰਾਂਸਪੋਰਟ ਦਾ ਸ਼ੁਰੂ ਚ ਰਾਜਾ ਬੜਿੰਗ ਨੇ ਕੀਤਾ ਫਿਰ ਬਾਅਦ ਚ ਚਲੋ ਫੋਟੋ ਬਾਟੂਮਾ ਲਵਾ ਕੇ ਵਾ ਵਾਈ ਖੱਟ ਕੇ ਮਗਰ ਚੁੱਪ ਕਰ ਗਏ ਇਸੇ ਤਰ੍ਹਾਂ ਹੀ ਹੁੰਦਾ ਸਭ ਤੋਂ ਔਖਾ ਹੈ ਡਰੱਗ 카ਰਟਲ ਜਾਂ ਡਰੱਗ ਮਾਫੀਆ ਨੂੰ ਕਿਸੇ ਵੀ ਤਰੀਕੇ ਨਾਲ ਕੰਟਰੋਲ ਕਰਨਾ ਕਾਰਨ ਇੱਕ ਤੇ ਪੈਸਾ ਥੋੜੀ ਜੀ ਚੀਜ਼ ਨਾਲ 1 ਕਿਲੋ ਨਾਲ ਹੀ ਕਹਿੰਦੇ 5 ਕਰੋੜ ਰੁਪਇਆ ਮੈਜਿਨ ਕਰੋ ਕਿੰਨਾ ਹੁੰਦਾ ਕਿਸੇ ਚੀਜ਼ 'ਚ ਇੰਨਾ ਫਾਇਦਾ ਹੋਰ ਹੈ ਕਿੰਨਾ ਲਾਹਾ ਹੈ ਤੇ ਉਹ ਹੈਰੋਇਨ ਦੀ ਗੱਲ ਕਰ ਰਹੇ ਚਿੱਟੇ ਦੀ ਗੱਲ ਕਰ ਰਹੇ ਇਸ ਲਈ ਉਹ ਥੋੜੀ ਕੁਆਂਟੀਟੀ ਲਿਜਾ ਕੇ ਕਿਸੇ ਵੀ ਤਰੀਕੇ ਨਾਲ ਆਪਾਂ ਉਹ ਉਨਾ ਹੀ ਜ਼ਿੰਦਗੀ ਲਈ ਸਮਾਜ ਲਈ ਸਾਡੇ ਲਈ ਸਿਹਤ ਲਈ ਉਨਾ ਹੀ ਜ਼ਿਆਦਾ ਵੱਡਾ ਭਿਆਨਕ ਕਹਾਣੀਕਾਰ ਤੇ ਤਬਾਹ ਕਰਨ ਹੈ ਜਿੰਨਾ ਉਹ ਥੋੜਾ ਹੁੰਦਾ ਤੇ ਜਿੰਨਾ ਹੀ ਉਹਦੇ ਚ ਪੈਸਾ ਜ਼ਿਆਦਾ ਹੁੰਦਾ ਇਸੇ ਇਹੀ ਕਾਰਨ ਹੈ ਕਿ ਹਰ ਬੰਦਾ ਜਿਹੜਾ ਇਸ ਸਮਗਲਿੰਗ ਚ ਹੈਗਾ ਉਹ ਵੱਡੇ ਤੋਂ ਵੱਡਾ ਰਿਸਕ ਲੈਣ ਲਈ ਵੀ ਤਿਆਰ ਹੁੰਦਾ ਵੀ ਚਲੋ ਮਰੇ ਤੇ ਹੈ ਇੱਧਰ ਨੂੰ ਮਰ ਜਾਗੇ ਕੋਈ ਗੱਲ ਨਹੀਂ ਪਰ ਜਦ ਤੱਕ ਪੈਸਾ ਮਿਲੂ ਉਦੋਂ ਤੱਕ ਤੇ ਮਜ਼ਾ ਆਊਗਾ ਉਹ ਵੱਡੀਆਂ ਵੱਡੀਆਂ ਸਰਕਾਰਾਂ ਨਾਲੋਂ ਜਿਹੜੇ ਸਮਗਲਰ ਆ ਵੱਡੇ ਉਹ ਕਈ ਗੁਣਾ ਤਕੜੇ ਆ ਸਰਕਾਰਾਂ ਨਾਲੋਂ ਇਸ ਕਰਕੇ ਸਰਕਾਰਾਂ ਉਹ ਤੇ ਹੱਸਦੇ ਆ ਜਦੋਂ ਕਹਿੰਦੇ ਅਸੀਂ ਫਲਾਣੇ ਨੂੰ ਫੜ ਲਾਂਗੇ ਕਹਿੰਦੇ ਫੜ ਲਓ ਕਹਿੰਦੇ ਕੀ ਕਰੋਗੇ ਤੁਹਾਨੂੰ ਜੇਲ੍ਹ ਚ ਦੇਾਂਗੇ ਕਹਿੰਦੇ ਫਿਰ ਸਾਡਾ ਤੇ ਕੰਮ ਦੁੱਗਣਾ ਚੱਲੂਗਾ ਅਸੀਂ ਜੇਲ੍ਹ ਚ ਵੀ ਵੇਚਾਂਗੇ ਸਾਨੂੰ ਬਣੀ ਬਣਾਤੀ ਮਾਰਕੀਟ ਮਿਲੂਗੀ ਅਜੀਬ ਭਾਰ ਵੀ ਵੇਚਾਂਗੇ ਅਸੀਂ ਅੰਦਰੋਂ ਸਾਡੇ ਕੋਲ ਫੋਨ ਹੈਗੇ ਅੰਦਰੋਂ ਸਾਡੇ ਕੋਲ ਸਾਰਾ ਹੈਗਾ ਅਸੀਂ ਤੇ ਅੰਦਰੋਂ ਤੁਹਾਡੇ ਬੈਠੇ ਬੈਠੇ ਮਾਰਡਰ ਵੀ ਕਰਾ ਸਕਦੇ ਹਾਂ ਇਹ ਕੰਮ ਜੱਗ ਜਾ ਰਿਹਾ ਮੇਰੇ ਕੋਈ ਆਪਣੀ ਵੱਲੋਂ ਨਹੀਂ ਮੈਂ ਤੇ ਇੱਕ ਕਹਾਣੀ ਨੂੰ ਜੋੜ ਕੇ ਦੱਸਣਾ ਚਾਹਉਣਾ ਕਿ ਜਿਸ ਰੋਜੇ ਰੌਲਾ ਪਿਆ ਜਦੋਂ ਕੇਜਰੀਵਾਲ ਕੋ ਮਾਫੀ ਮੰਗਾਈ ਸੀ ਵਜੀਠੀਆਂ ਨੇ ਤੂੰ ਤਾਂ ਪਤਾ ਨਹੀਂ ਲੱਗਾ ਕਿ ਕੌਣ ਤੱਕੜਾਇਆ ਕੇਜਰੀਵਾਲ ਤੇ ਆਪਣੇ ਆਪ ਨੂੰ ਬਹੁਤ ਹੀ ਸਮਾਰਟ ਸਮਝਦਾ ਹੈ ਨਾ ਬੜਾ ਹੀ ਕਿਵੇਂ ਲੋਕਾਂ ਨੂੰ ਪਛੜਾ ਕੇ ਵੋਟਾਂ ਲਈਆਂ ਜਾ ਸਕਦੀਆਂ ਪਰ ਹੱਥ ਜੋੜ ਕੇ ਲਿਖਤੀ ਮਾਫੀ ਮੰਗ ਕੇ ਹੋਰ ਲਈ ਨਹੀਂ ਕਿ ਮੀਡੀਆ ਸਾਹਮਣੇ ਵੈਸੇ ਹੀ ਕਹਿ ਦੋ। ਨਾ। ਇਹ ਵੀ ਕਿਹਾ ਕਿ ਮੈਨੂੰ ਮਾਫ ਕਰਨਾ ਤੁਹਾਨੂੰ ਤਕਲੀਫ ਲੱਗੀ ਹੈ। ਇਹ ਇਹ ਇਸ ਕਰਕੇ ਜਿਹੜੇ ਹੁਣ ਵਾਲੀ ਵੀ ਸਰਕਾਰ ਸੀਗੀ ਜੇ ਦੇਖਿਆ ਜਾਏ ਤਾਂ ਉਹਨਾਂ ਨੇ ਵੀ ਗੋਗਲੂਆਂ ਤੋਂ ਮਿੱਟੀ ਝਾੜੀ ਹੈ। ਕੱਲ ਤੇ ਅੱਜ ਦੀ ਥੋੜੀ ਸੀਗੀ। ਪਹਿਲਾਂ ਕੈਪਟਨ ਰਹਾ ਹੁਣ ਰੰਦਾਵੇ ਦੇ ਉੱਤੇ ਬਥੇਰਾ ਆ ਵੀ ਹੋਇਆ ਨਵਜੋਤ ਸਿੰਘ ਸਿੱਧੂ ਪਰ ਹੁਣਾਂ ਕੀ ਸੀ? ਚਟਪਟ ਵਿਧਾਇਕ ਵੀ ਗਏ, ਫੋਰ ਆ ਗਏ। ਗਣਿਤਿੰਤਨ ਡੀਜੀਪੀ ਬਦਲ ਗਏ 100 ਦਿਨ ਦੇ ਵਿੱਚ ਤੇ ਇਹ ਸਾਰੇ ਕੁਸ਼ ਦੇ ਵਿੱਚ ਮੈਨੂੰ ਐ ਲੱਗਦਾ ਪਲੀਜ਼ ਪੋਲੀਟੀਸ਼ੀਨ ਤੇ ਸਮਗਲਰ ਆਪਾਂ ਬਾਰ-ਬਾਰ ਗੱਲ ਕਰ ਚੁੱਕੇ ਹਾਂ ਉਹ ਮਿਲੀ ਭੁਗਤਿਆ ਇਸ ਚੀਜ਼ ਨੂੰ ਇਸ ਕਨੈਕਸ਼ਨ ਨੂੰ ਇਸ ਇਸ ਕਿਸਮ ਦੇ ਜਿਹੜੀ ਆਪਸ ਵਿੱਚ ਇੱਕ ਗੱਠ ਜੋੜਿਆ ਇਹਨਾਂ ਦਾ ਤਿੰਨਾਂ ਚੀਜ਼ਾਂ ਦਾ ਉਹਨੂੰ ਤੋੜ ਪਾਉਣਾ ਉਹ ਕਾਫੀ ਮੁਸ਼ਕਲ ਹੈਗਾ ਉਹਦਾ ਨਤੀਜਾ ਇਹ ਹੈ ਕਿ ਜੋ ਵਿਕਰਮਜੀਤ ਸਿੰਘ ਮਜੀਠੀਆ ਉਹ ਆਪਣੇ ਜਮਾਨੇ ਤੀ ਲੈ ਗਿਆ ਜਿੰਨੀਆਂ ਮਰਜੀ ਸਖਤ ਤਰਾਵਾਂ ਉਹਨਾਂ ਤੇ ਲਾਈਆਂ ਹੋਣ ਉੱਚ ਛਿਦਛਿਤੀ ਜਮਾਨੇ ਤੇ ਲੈਣੀ ਸੌਖੀ ਨਹੀਂ ਪਰ ਇਹਦਾ ਮਤਲਬ ਇਹ ਹੈ ਕਿ ਉਹ ਆਪਣਾ ਕੇਸ ਮਜੀਠੀਆ ਸਾਹਿਬ ਇਹ ਪ੍ਰੂਵ ਕਰ ਗਏ ਕਿ ਇਹ ਇੱਕ ਵਿੰਡਿਕਟਿਵ ਵੈਂਡੇਟਾ ਹੈਗਾ ਅਸਲੀਅਤ ਵਿੱਚ ਮੈਂ ਪਾਕ ਦਾਮਨ ਹੈਗਾ ਇਹ ਆਪਣੀ ਰਾਜਨੀਤੀ ਕਰਨ ਲਈ ਕਾਂਗਰਸ ਇਹਨਾਂ ਨੇ ਜ਼ਬਰਦਸਤੀ ਮੇਰੇ ਤੇ ਤਰਾਵਾ ਵੀ ਲਾਈਆਂ ਤੇ ਜ਼ਬਰਦਸਤੀ ਐਫ ਆਈ ਆਰ ਵੀ ਦਰਜ ਕੀਤੀ ਹੁਣ ਦਰਜ ਕੀਤੀ ਹੈ ਦਰਜ ਕੀਤੀ ਰਹਿ ਕੋਡ ਲੱਗ ਗਿਆ ਇਹਨਾਂ ਦੇ ਕੋਈ ਵਾਸ ਨਹੀਂ ਹੈ ਨਵੀਂ ਸਰਕਾਰ ਆਊਗੀ ਦੋ ਪਹੀਆ ਵਸਰ ਗਈਆਂ ਕਿਹਨੇ ਪੁੱਛਣਾ ਉੱਥੇ ਹਾਂਜੀ ਬਿਲਕੁਲ ਬਿਲਕੁਲ ਮੈਂ ਮੈਂ ਇਹਦੇ ਵਿੱਚ ਇੱਕ ਹੋਰ ਸਵਾਲ ਚਾਹੁੰਦਾ ਸੀ ਕਿ ਉਹ ਵੀ ਜਿਹੜਾ ਉੱਭਰ ਰਿਹਾ ਕਿ ਹੁਣ ਕਹਿੰਦੇ ਇਹਦਾ ਫਾਇਦਾ ਜਿਹੜੇ ਨੇ ਉਹ ਅਕਾਲੀ ਦਲ ਵਾਲੇ ਲੈਣਗੇ ਬਾਦਲ ਪਰਿਵਾਰ ਲਏਗਾ ਕਿ ਦੇਖੋ ਜਿਸ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਸਾਨੂੰ ਫਸਾਉਣਾ ਚਾਹੁੰਦੇ ਨੇ ਉਹਨਾਂ ਨੇ ਫਿਰ ਹੁਣ ਬੇਦਬੀ ਵਾਲੇ ਮਸਲੇ ਨੂੰ ਵੀ ਲੈ ਆਉਣਾ ਇਹ ਦੇਖੋ ਉਸ ਮਾਮਲੇ ਵਿੱਚ ਵੀ ਇਹ ਕੀ ਕਰ ਰਹੇ ਨੇ ਤੇ ਇਧਰ ਵੀ ਦੇਖ ਲਓ ਇਹ ਸਾਰਾ ਕੁਝ ਜੋ ਕਹਿਣਗੇ ਕਿ ਕਾਂਗਰਸ ਦੀ ਮਿਲੀ ਭੁਗਤ ਦੇ ਨਾਲ ਸਿਰਫ ਬਦਨਾਮ ਕਰਨ ਲਈ ਸੀ ਇਸ ਲਈ ਵੋਟਾਂ ਜਿਹੜੀਆਂ ਉਹ ਲੋਕ ਸਾਡੇ ਹੱਥ ਦੇ ਵਿੱਚ ਆਉਣ ਇਹ ਪ੍ਰਚਾਰ ਹੁਣਾਂ ਸੁਭਾਵਕ ਹੈ ਵੋਟਾਂ ਦਾਤ ਨਹੀਂ ਮੈਂ ਕਹਿੰਦਾ ਕਿ ਕੋਈ ਹਨੇਰੀ ਝੋਲ ਜੂਗੀ ਕਾਲੀ ਦਾਲ ਵੱਲ ਨੂੰ ਪਰ ਇੱਕ ਗੱਲ ਦਾ ਹੈ ਕਿ ਜੇ ਜਿਹੜਾ ਉਹਨਾਂ ਨੂੰ ਨੁਕਸਾਨ ਹੋਣਾ ਸੀ ਉਹ ਨੁਕਸਾਨ ਨਹੀਂ ਹੋਇਆ ਜਾਂ ਜੇ ਕਹ ਲਓ ਕਾਲੀ ਦਾਲ ਨੂੰ ਜਿਹੜਾ ਵੱਡਾ ਨੁਕਸਾਨ ਹੋਣਾ ਸੀ ਜਾਂ ਉਹਦੇ ਇਵਜ਼ ਵਿੱਚ ਥੋੜਾ ਬਹੁਤ ਕਾਂਗਰਸ ਨੂੰ ਫਾਇਦਾ ਹੋਣਾ ਸੀ ਉਹ ਨਹੀਂ ਹੋਇਆ ਹੁਣ ਉਹਨਾਂ ਦਾ ਉਹ ਨੁਕਸਾਨ ਰੋਕਿਆ ਰੁਕ ਗਿਆ ਤੇ ਕਾਂਗਰਸ ਦਾ ਜਿਹੜਾ ਥੋੜਾ ਬਹੁਤ ਫਾਇਦਾ ਕੋਈ ਬਹੁਤਾ ਫਾਇਦਾ ਨਹੀਂ ਸੀ ਹੋਣਾ ਇਹਦੇ ਨਾਲ ਉਹ ਵੀ ਰੁਕ ਗਿਆ ਹੁਣ ਠੀਕ ਹੈ ਇਸ ਇੰਨਾ ਕਿ ਛਾਂਗਣ ਮੰਗਣ ਜੋ ਹੋਣਾ ਸੀ ਹੋ ਗਿਆ ਉਦੋਂ ਅੱਗੇ ਬਸ ਮੈਂ ਤੇ ਤੁਹਾਨੂੰ ਇਹੀ ਕਹਿਣਾ ਨਾ ਕਿ ਛਲਾਵਾ ਤੇ ਦਿਖਾਵਾ ਇਹ ਰਾਜਨੀਤੀ 'ਚ ਜ਼ਿਆਦਾ ਹੋ ਗਿਆ ਰਾਦਰ ਕਿ ਆਪਾਂ ਗਰਾਊਂਡ ਲੈਵਲ ਤੇ ਵਾਕਿਆ ਹੀ ਇਕ ਸਵੱਛ ਸਮਾਜ ਸਾਫ ਸੁਥਰਾ ਸਮਾਜ ਸਾਫ ਸੁਥਰੀ ਰਾਜਨੀਤੀ ਸਾਫ ਸੁਥਰਾ ਨਿਜ਼ਾਮ ਐਡਮਿਨਿਸਟ੍ਰੇਸ਼ਨ ਔਰ ਸਾਫ ਸੁਥਰੀ ਹੋਰ ਸਾਰੇ ਜਿਹੜੇ ਸਾਡੇ ਮਹਿਕਮੇ ਤੇ ਕਾਰੋਬਾਰੀ ਹੈ ਉਹ ਅਸੀਂ ਦਈਏ ਉਸ ਵੱਲ ਕਿਸੇ ਦੀ ਵੀ ਤਵੱਜੋ ਨਹੀਂ ਇਸੇ ਕਰਕੇ ਜਿਹੜੀ ਜਨਤਾ ਜਨਰਦਨ ਆ ਉਹ ਲਗਾਤਾਰ ਇਹ ਇਹੋ ਜੀ ਮਿਸਗਵਰਨੈਂਸ ਦੀ ਕਰੋਪੀ ਦੇ ਵਿੱਚ ਡੜੜੀ ਡੜੜੀ ਜਾਂਦੀ ਹੈ ਜਿਹਨੂੰ ਜਿਸ ਤਰ੍ਹਾਂ ਆਪਾਂ ਤੇ ਕਹਿੰਨੇ ਗਏ ਉੱਥੇ ਗੱਡੀਆਂ ਦੇ ਥੱਲੇ ਲਕੀਪੁਰ ਖੀਰੀ ਦੇ ਵਿੱਚ ਲਾਸ਼ਾਂ ਕਿਸਾਨਾਂ ਦੀਆਂ ਡਰੜ ਦਿੱਤੀਆਂ ਤੇ ਇਹ ਤੇ ਇਹਨਾਂ ਦੀ ਚੱਕੀ ਵਿੱਚ ਇਸ ਆਮ ਲੋਕ ਇਹੋ ਜਿਹੀ ਕਰਪਸ਼ਨ ਕਹਿ ਲਓ ਜਾਂ ਮਿਸ ਗਵਰਨੈਂਸ ਕਹਿ ਲਓ ਉਹਦੇ ਪੁਰਾਂ ਵਿੱਚ ਲਗਾਤਾਰ ਡਰੜੇ ਜਾਂਦੇ ਆ ਬੜਾ ਬੜਾ ਮੁਸ਼ਕਲ ਹੈ ਇਸੇ ਕਰਕੇ ਛੱਡ ਛੱਡ ਕੇ ਲੋਕ ਇੱਥੋਂ ਭੱਜਦੇ ਹੋਰ ਕਾਰਨ ਇੱਥੇ ਥੋੜਾ ਕਿ ਇੱਥੇ ਦੀ ਜ਼ਮੀਨ ਪਜਾਉ ਨਹੀਂ ਜਾਂ ਇੱਥੇ ਦੀ ਖੇਤੀ ਪਜਾਉ ਜੀ ਨਹੀਂ ਜਾਂ ਇੱਥੇ ਦਾ ਵਾਤਾਵਰਣ ਨਹੀਂ ਜਾਂ ਇੱਥੇ ਰੱਬ ਦੀ ਮਿਹਰ ਨਹੀਂ ਸਭ ਤੋਂ ਵਧੀਆ ਜਗ੍ਹਾ ਪੰਜਾਬ ਹੈ ਦੁਨੀਆਂ ਦੇ ਵਿੱਚ ਪਰ ਉਹਦੇ باوجود ਵੀ ਕਿੰਨਾ ਕੰਗਾਲ ਕੀਤਾ ਉਸ ਪੰਜਾਬ ਨੂੰ ਇਹ ਇਹਨਾਂ ਦੀ ਬਦੌਲਤੀ ਹੈ ਇਹੋ ਜੀ ਰਾਜਨੀਤੀ ਦੇ ਬਦਾਅ ਪਰਵਤਨ ਮੈਂ ਜਦੋਂ ਤੁਸੀਂ ਛਲਾਵੇ ਤੇ ਦਿਖਾਵੇ ਦੀ ਗੱਲ ਕਰਦੇ ਹੋ ਤਾਂ ਆਮ ਆਦਮੀ ਪਾਰਟੀ ਦੇ ਵਾਲੇ ਲੋਕ ਬੜਾ ਤਜਕਸਰ ਰੇ ਨੇ ਕਿ ਇਹਨਾਂ ਨੇ ਉਹ ਉਮੀਦਵਾਰ ਲਿਆ ਕੇ ਫਿੱਟ ਕੀਤੇ ਨੇ ਜਿਹੜੇ ਕਾਂਗਰਸ ਤੋਂ ਵੀ ਨਹੀਂ ਅਕਾਲੀ ਦਲ ਦੇ ਵਿੱਚੋਂ ਵੀ ਨਹੀਂ ਤੇ ਭਾਜਪਾ ਦੇ ਵਿੱਚੋਂ ਵੀ ਨਹੀਂ ਕੁਝ ਤਾਂ ਇਹੋ ਜਿਹਨੇ ਜਿਹੜੇ ਕੁਝ ਘੰਟਾ ਪਹਿਲਾਂ ਆ ਕੇ ਟਿਕਟ ਲੈ ਗਏ ਤੇ ਉਹਨਾਂ ਦੇ ਖਿਲਾਫ ਉਹ ਖਲਾਰਾ ਤਾਂ ਥੱਲੇ ਵੀ ਪਿਆ ਹੋਇਆ ਕਿ ਦੇਖੋ ਜੀ ਇਹ ਅਸੀਂ ਕਾਹਦੇ ਝਾੜੂ ਮਾਰਦੇ ਰਹਿ ਗਏ ਤੇ ਸਾਡੇ ਤੇ ਉੱਤੇ ਲਿਆ ਕੇ ਲੀਡਰ ਇਹਨਾਂ ਨੇ ਖੜੇ ਕਰਤੇ ਵੋਟਾਂ ਦੇ ਵਿੱਚ ਪੈਸੇ ਦਾ ਵੀ ਰੋਲਾ ਪੈਂਦਾ ਉਹ ਸੰਯੁਕਤ ਸਮਾਜ ਮੋਰਚ ਤੇ ਰਾਜੇਵਾਲ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਦੀ ਤੇ ਨਾਲ ਉਹਨਾਂ ਨੇ ਇਹ ਵੀ ਮੈਂ ਦੇਖਦਾ ਕਿ ਉਹ ਇੱਕ ਕਿ ਨਾਲ ਦੀ ਨਾਲ ਆਮ ਆਦਮੀ ਹੋ ਜਾਂਦੇ ਨੇ ਖਾਸ ਹੋਵੇਰੇ ਆ ਕੇ ਦਰਾਮ ਹੋ ਜਾਂਦੇ ਨੂੰ ਕੋਈ ਸਾਈਕਲ ਤੇ ਜਾ ਕੇ ਪ੍ਰਚਾਰ ਕਰ ਰਿਹਾ ਕੋਈ ਮੋਟਰਸਾਈਕਲ ਤੇ ਕੋਈ ਤੁਰਦਾ ਜਾਂਦਾ ਲੋਕਾਂ ਦੇ ਵਿੱਚ ਕਿ ਦੇਖੋ ਜੀ ਅਸੀਂ ਤੁਹਾਡੇ ਵਰਗੇ ਆ ਬੈਠੇ ਆ ਮੰਜੀਆਂ ਤੇ ਤੁਹਾਡੇ ਵਿੱਚ ਬਹਿ ਗਏ ਨੇ ਚਲੋ ਇਹ ਤਮਾਸ਼ਿਆਂ ਨੂੰ ਤੇ ਲੋਕ ਚਲੋ ਚੰਗੀ ਤਰ੍ਹਾਂ ਜਾਣਦੇ ਆ ਕਿ ਕੱਲ ਤੱਕ ਕੀ ਸੀ ਤੇ ਅੱਜ ਕੀ ਸੀ ਤੇ ਕਿਹੜਾ ਖਾਸ ਤੇ ਆਮ ਹੋ ਗਿਆ ਤੇ ਕਿਹੜਾ ਆਮ ਤੋਂ ਕੋਈ ਖਾਸ ਹੋ ਗਿਆ ਇਹ ਵੱਡੀ ਗੱਲ ਨਹੀਂ ਜਿਹੜੀ ਬੇਸਿਕ ਅਪਰੋਚ ਆ ਕੇਜਰੀਵਾਲ ਦੀ ਪਾਰਟੀ ਦੀ ਪਹਿਲੀ ਗੱਲ ਤੇ ਉਹ ਪਾਰਟੀ ਦਾ ਨਾਂ ਨਹੀਂ ਲੈਂਦੇ ਕੇਜਰੀਵਾਲ ਕੇਜਰੀਵਾਲ ਜਿਹੜੀ ਕਿ ਬੜੀ ਖਤਰਨਾਕ ਧਾਰਾ ਹੈ ਕਿਸੇ ਵੀ ਰਾਜਨੀਤੀ ਦੇ ਵਿੱਚ ਕਿ ਸਿੰਗਲ ਮੈਨ ਇੱਕ ਤੁਸੀਂ ਕਹਿੰਦੇ ਕਲਟ ਬਿਲਡਿੰਗ ਜਿਵੇਂ ਸਾਧੂ ਮਹਾਤਮਾ ਹੁੰਦੇ ਆ ਉਨ ਮੋਦੀ ਦਾ ਵੀ ਸਾਧੂ ਮਾਤਮਾ ਵਾਲਾ ਹੀ ਬਿੰਬ ਬਣਾਇਆ ਹੈ ਨਾ ਕਿ ਜਿਹੜਾ ਵੀ ਉਹਨੂੰ ਮੜ ਜਾ ਕੁਛ ਅੱਗੇ ਮੁਕਾਬਲੇ ਲਈ ਕੋਈ ਦਿਖਾਉਂਦਾ ਹੈ ਤੇ ਉਹਨੂੰ ਕਹਿੰਦੇ ਆ ਕਿ ਨਹੀਂ 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 ਜੀ ਇਹ ਤੇ ਬਹੁਤ ਹੀ ਜ਼ਿਆਦਾ ਮਾੜਾ ਕੰਮ ਹੋ ਗਿਆ ਸਾਰੇ ਇੰਡੀਆ ਦੇ ਵਿੱਚ ਬੀਜੇਪੀ ਉਹਨਾਂ ਦੇ ਵਿਰੁੱਧ ਜਿਹੜਾ ਵੀ ਮੋਦੀ ਨੂੰ ਕੋਈ ਅੱਖ ਦਿਖਾਏ ਉਹਦੇ ਵਿਰੁੱਧ ਖੜੇ ਹੋ ਜਾਂਦੇ ਸੋਸ਼ਲ ਮੀਡੀਆ ਦੂਸਰਾ ਮੀਡੀਆ ਇਹ ਉਹਦੇ ਨਾਲੋਂ ਵੀ ਜ਼ਿਆਦਾ ਜ਼ਬਰਦਸਤ ਕਲਟ ਕੇਜਰੀਵਾਲ ਦਾ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਫਲੈਕਸਾਂ ਇਹਦੇ ਇਕੱਲੇ ਨਾਂ ਦੇ ਉੱਤੇ ਅਬ ਹੁਣ ਆਪ ਕੀ ਵਾਰ ਨਹੀਂ ਹੁਣ ਤੇ ਪੰਜਾਬੀ ਚ ਲਿਖਣ ਲੱਗ ਪਏ ਇੱਕ ਇੱਕ ਮੌਕਾ ਕੇਜਰੀਵਾਲ ਨੂੰ ਹੁਣ ਕੇਜਰੀਵਾਲ ਦਾ ਰਾਜ ਫਿਰ ਕਈ ਕੁਛ ਇਹੋ ਜਿਹਾ ਕੰਡਾ ਤੇ ਲਿਖਿਆ ਆ ਤੇ ਫਲੈਕਸਾਂ ਤੇ ਵੀ ਬਹੁਤ ਜ਼ਿਆਦਾ ਲਿਖਿਆ ਹੋਇਆ ਇਹ ਇੱਕ ਆਪਣੇ ਆਪ ਚ ਬੜੀ ਖਤਰਨਾਕ ਰਾਜਨੀਤੀ ਦਾ ਆਗਾਜ਼ ਆ ਕਿ ਇੱਕ ਬੰਦਾ ਜਿੰਨੂੰ ਮਰਜ਼ੀ ਰੱਖ ਲੇ ਜਿੰਨੂੰ ਮਰਜ਼ੀ ਕੱਢ ਦੇ ਉਹਦੀ ਹੀ ਮਰਜ਼ੀ ਚੱਲੂਗੀ ਇਹ ਕਿਵੇਂ ਹੋ ਸਕਦਾ ਇਹ ਡੈਮੋਕ੍ਰੇਸੀ ਦੇ ਤੇ ਬਿਲਕੁਲ ਹੀ ਉਲਟ ਹੈਗਾ ਇੰਨਾ ਦੇ ਰਾਜਨੀਤੀ ਦਾ ਬੇਸਿਕ ਕੰਮ ਕੀ ਹੈਗਾ ਮੈਂ ਕਈ ਵਾਰੀ ਕਹਿ ਚੁੱਕਾ ਹੁਣ ਵੀ ਕਹਿ ਦਿੰਦਾ ਆਮ ਵਰਕਰਾਂ ਨੂੰ ਭਰੋਸਾ ਦੇ ਦਿੰਦੇ ਆ ਕਾਂਸਟਿਚੂਐਂਸੀ ਲੈਵਲ ਤੇ ਕਿ ਦੇਖੋ ਤੂੰ ਵੀ ਐਮਐਲਏ ਦੀ ਟਿਕਟ ਦਾ ਹੱਕਦਾਰ ਹੈਂ ਤੇਰੇ ਨਾਲੋਂ ਤੇ ਵਧੀਆ ਬੰਦਾ ਹੀ ਕੋਈ ਨਹੀਂ ਐਸੀਂ ਤੇ ਸਾਰਿਆਂ ਨੂੰ ਦੇਖ ਲਿਆ ਦੂਜੇ ਦੇ ਵੀ ਫੂਕ ਮਾਰ ਦੇਣੀ ਤੀਜੇ ਦੇ ਵੀ ਉਹੀ ਫੂਕ ਮਾਰ ਦੇਣੀ ਕੌਣ ਮਾਰਦਾ ਪੰਜਾਬ ਦੇ ਬੰਦੇ ਨਹੀਂ ਦਿੱਲੀ ਵਾਲੇ ਦਿੱਲੀ ਵਾਲੇ ਆ ਕੇ 6 ਮਹੀਨਿਆਂ ਦੇ ਇੱਥੇ ਬਹਿ ਗਏ ਆ ਉੰਨਾ ਨੂੰ 5 5 7 7 ਹਲਕੇ ਦਿੱਤੇ ਹੋਏ ਆ ਉਹ ਹਰ ਹਲਕੇ ਚ ਰੋਜ਼ ਜਾ ਕੇ ਤੇ ਉੱਥੇ ਫੂਕ ਮਾਰਦੇ ਆ ਯਾਨੀ ਫੂਕ ਕੀ ਮਾਰਦੇ ਆ 10 ਬੰਦਿਆਂ ਨੂੰ ਕਹਿ ਦੇਣਾ ਹਰ ਹਲਕੇ ਦੇ ਵਿੱਚ ਤੂੰ ਵੀ ਤਗੜਾ ਤੂੰ ਵੀ ਤਗੜਾ ਤੇ ਤੈਨੂੰ ਟਿਕਟ ਐਤ ਕੀ ਦੇਣੀ ਐ ਤੇ ਬਣਦੀ ਤੇਰੀ ਅੱਬਾ ਦੂਜਿਆਂ ਦੇ ਵਿਰੁੱਧ ਚਾਰ ਗੱਲਾਂ ਕਰ ਦੇਣੀਆਂ ਹਰ ਬੰਦਾ ਫੂਕ ਲੈ ਕੇ ਜਿਉਂ ਪੂਛ ਚੱਕ ਕੇ ਲੱਗਦਾ ਘਰੋਂ ਘਰੀ ਨੰਬਰ ਇਕੱਠੇ ਕਰਨ ਆ ਆਮ ਆਦਮੀ ਦੀਆਂ ਫਲੈਕਸਾਂ ਘਰ ਦੀ ਦੇ ਵੀ ਪੈਸੇ ਕੱਢ ਕੇ ਗਹਿਣੇ ਗੱਟੇ ਵੇਚ ਕੇ ਜ਼ਮੀਨ ਵੇਚ ਕੇ ਕਈਆਂ ਦੇ ਘਰ ਟੁੱਟ ਕੇ ਡਿਵੋਰਸ ਹੋ ਗਏ ਮੈਂ ਸਬੂਤ ਦੇ ਸਕਦਾ ਕਿੰਨਿਆਂ ਦੇ ਇਸ ਕੰਮਾਂ ਦੇ ਵਿੱਚ ਹੀ ਕਿ ਅਰਟ ਟੁੱਟ ਮਿਲਣੀ ਆ ਤੇ ਜ਼ਿੰਦਗੀ ਚ ਕਦੀ ਸੋਚਿਆ ਨਹੀਂ ਆਮ ਆਦਮੀ ਪਾਰਟੀ ਆ ਗਈ ਉਹ ਦਸੇ ਹੀ ਬੰਦੇ ਜਿਹੜੇ ਆ ਸਾਲਾਂ ਤੋਂ ਕਈ 2 ਸਾਲ ਤੋਂ ਕੋਈ 3 ਸਾਲ ਤੋਂ ਕੋਈ 5 5 ਸਾਲਾਂ ਤੋਂ ਜੋਰ ਲਾ ਰਹੇ ਆ ਕਈ ਕਈ 8 8 ਸਾਲਾਂ ਤੋਂ ਜੋਰ ਲਾ ਰਹੇ ਇਸ ਤਰੀਕੇ ਨਾਲ ਉਹ ਜਿਹੜੇ ਸਾਰੇ ਜੋਰ ਲਾਉਂਦੇ ਆ ਉਹਨਾਂ ਨੂੰ ਚੱਕ ਕੇ ਪਰ੍ਹਾਂ ਮਾਰਦੇ ਆ ਉਹ ਮੁਫਤ ਦਾ ਜੋਰ ਉਹਨਾਂ ਕੋਲ ਲਵਾ ਗਏ ਜਦੋਂ ਐਨੇ ਕਣਕ ਪੱਕ ਜਾਂਦੀ ਐ ਤੇ ਫਿਰ ਕੇਜਰੀਵਾਲ ਦੀ ਹਰ ਕੰਬਾਈਨ ਹਰਵੈਸਟਰ ਆਉਂਦੀ ਐ ਉਹ ਕਹਿੰਦੀ ਵੱਡਾ ਵੇ ਸਾਰੀ ਇਹ ਕੀ ਕਰਦੇ ਫਿਰਦੇ ਆ ਇਹਨਾਂ ਨੂੰ ਚੱਕੋ ਪਰਾਂ ਮਾਰੋ ਉਹ ਰੌਲਾ ਦੇ ਪਾਉਂਦੇ ਬਥੇਰਾ ਵੀ ਸਾਡੀ ਸੁਣੀ ਨਹੀਂ ਉਹ ਤੇ ਮੈਂ ਦੀਜੀ ਜੀ ਤੇ ਮੇਰੀ ਜੀ ਉਹ ਮੇਰੀ ਜੀ ਉਹ ਮੇਰੀ ਸੀ ਕਰਦੇ ਰਹਿੰਦੇ ਪਰ ਕਿਉਂਕਿ ਨਾ ਕੇਜਰੀਵਾਲ ਦਾ ਜਿਹਨੂੰ ਟਿਕਟ ਕੇਜਰੀਵਾਲ ਨੇ ਦੇਤੀ ਤੇ ਉਸੇ ਨੇ ਕੈਂਡੀਡੇਟ ਬਣਨਾ ਦੂਜੇ ਕੱਲੇ ਕੱਲੇ ਆ ਉਹ ਉਹਨਾਂ ਨੂੰ ਪਹਿਲਾਂ ਹੀ ਕਾਣੇ ਕੀਤਾ ਉਹ ਇੱਕ ਦੂਜੇ ਨਾਲ ਲੜੀ ਜਾਂਦੇ ਆ ਉਹ ਚੁੱਪ ਕਰਕੇ ਕਰੇ ਬੈਜੁੰਦੇ ਆ ਮੂੰਹ ਨਮੋਸ਼ੀ ਦੇ ਨਾਲ ਟਿਕਟੇ ਨੂੰ ਮਿਲਦੀ ਆ ਕਾਂਗਰਸ ਵਾਲੇ ਨੂੰ ਅਕਾਲੀ ਦਲ ਵਾਲੇ ਨੂੰ ਬੀਜੇਪੀ ਵਾਲੇ ਇੱਥੇ ਹੈ ਹੀ ਘੱਟੇ ਉਹਨਾਂ ਨੂੰ ਕਿੱਥੇ ਆਉਣਾ ਜਿਹੜਾ ਕੱਲ ਤੱਕ ਕੇਜਰੀ ਵਾਲੇ ਕਹਿੰਦਾ ਸੀਗਾ ਕਿ ਦੇਖੋ ਆ ਮੈਂ ਕਚੜਾ ਜਿਹੜਾ ਕਾਂਗਰਸ ਦਾ ਹੀ ਲੈਣਾ ਤੇ ਇੱਥੇ ਚੰਡੀਗੜ੍ਹ ਚ ਪੂਰਾ ਲਿਆ ਕਾਂਗਰਸ ਦੇ ਕਚੜੇ ਨਾਲ ਨਹੀਂ ਆਪਣੀਆਂ 14 ਸੀਟਾਂ ਲਈਆਂ ਬਾਅਦ ਚ ਕੋਸ਼ਿਸ਼ ਕੀਤੀ ਹੋਰ ਵੀ ਹਟੇਰਨ ਦੀ ਨਹੀਂ ਆਇਓ ਗੱਲ ਲੱਗ ਗਿਆ ਕਿ ਬੀਜੇਪੀ ਲੈ ਗਈ ਪੰਜਾਬ ਦੇ ਅੰਦਰ ਆ ਜਿਹੜੇ ਹੁਣ ਡਾਟਾ 32 33 ਸੀਟਾਂ ਦਾ ਘੁੰਮ ਰਿਹਾ ਕਿਸੇ ਇਹਨਾਂ ਦੇ ਬੰਦੇ ਨੇ ਪਾਇਆ ਜਿਹਦੇ ਚੋਂ 18 ਦੇ ਕਾਂਗਰਸ ਚੋਂ ਆਏ ਹੋਏ ਆ ਕੈਂਡੀਡੇਟ ਜਿਹੜੇ ਇਹਨੇ ਕੇਜਰੀਵਾਲ ਨੇ ਆਪਣੀ ਚੁਆਇਸ ਖੜੇ ਕੀਤੇ ਆ ਜਿੱਚੋ 10 12 ਅਕਾਲੀ ਦਲ ਦੇ ਵੀ ਆ ਹੋਰ ਇੱਕ ਦੁੱਕੜ ਇੱਧਰ ਉੱਧਰ ਦੇ ਹੈਗੇ ਕਹਿਣ ਦਾ ਮੇਰਾ ਮਤਲਬ ਇਹ ਹੈਗਾ ਕਿ ਤੁਸੀਂ ਆਖਿਰਚ ਜਿਹੜਾ ਰਹਿਤ ਖੂਦ ਦੂਜੀਆਂ ਪਾਰਟੀਆਂ ਦਾ ਜਿਨ੍ਹਾਂ ਨੂੰ ਉਧਰ ਟਿਕਟ ਪਾਰਟੀਆਂ ਚ ਨਹੀਂ ਮਿਲੀ ਤੁਸੀਂ ਕਰੋੜ 2 ਕਰੋੜ ਚ ਆਕਰੋੜ ਜਿੰਨਾ ਵੀ ਕਿਸੇ ਤੋਂ ਸਰਦਾ ਬਣਦਾ ਇਹੋ ਜਿਹੇ ਇਹ ਚਰਚਾ ਦੀ ਗੱਲ ਆ ਮੇਰੇ ਕੋਲ ਕੋਈ ਜੇ ਕੋਈ ਪ੍ਰੂਫ ਮੰਗੇ ਨਹੀਂ ਆ ਪਰ ਸਭ ਜਗ੍ਹਾ ਚਰਚਾ ਆ ਕਿ ਇਹ ਪੈਸੇ ਲੈ ਕੇ ਸੀਟਾਂ ਦਿੱਤੀਆਂ ਜਾ ਰਹੀਆਂ ਜਿਵੇਂ ਆ ਸਾਡੇ ਮਹਾਲੀ ਦੇ ਵਿੱਚ ਕਿੰਨੇ ਬੰਦੇ ਮੈਨੂੰ ਕਹਿ ਚੁੱਕੇ ਆ ਕਿ ਜਿਹੜਾ ਮਹਾਲੀ ਚ ਆਮ ਆਦਮੀ ਪਾਰਟੀ ਦਾ ਕਲਵੰਤ ਸਿੰਘ ਮੇਅਰ ਖੜਾ ਕੀਤਾ ਆ ਉਹਦੇ ਕੋਲ ਰੁਪਈਆ ਤੇ ਲਿਆ ਸਿਰਫ ਡੇਢ ਕਰੋੜੀ ਪਰ ਨਾਲ ਹੀ ਉਹਦੇ ਕੋਲ ਇਹ ਵਾਦਾ ਲਿਆ ਕਿ ਤੂੰ ਚਾਰ ਹੋਰ ਹਲਕਿਆਂ ਨੂੰ ਫਾਈਨਾਂਸ ਕਰਨਾ ਕੋਈ ਕੈਲਕੂਲੇਟ ਕਰਕੇ ਦੱਸ ਰਿਹਾ ਸੀਗਾ ਕਿ ਹੁਣ ਤੱਕ ਕੇਜਰੀਵਾਲ ਨੇ 150 ਤੋਂ 200 ਕਰੋੜ ਰੁਪਈਆ ਦੇ ਕੈਂਡੀਡੇਟ ਵੇਚ ਤੇ ਕੇ ਜਣੀ ਇਲੈਕਸ਼ਨ ਦੇ ਸਿੰਬਲ ਵੇਚ ਤੇ ਇੱਕ ਅਜੇ ਹੋਰ ਕੈਲਕੂਲੇਸ਼ਨ ਆਈ ਅੱਜ ਮੇਰੇ ਕੋਲ ਕਿਸੇ ਲੁਧਿਆਣੇ ਦੇ ਏਰੀਏ ਚ ਉਹ ਕਹਿੰਦੇ ਕਿ ਇਹ ਕੱਲਾ ਜਿਹੜੇ ਬਾਹਰੋਂ ਚੱਕ ਕੇ ਕੈਂਡੀਡੇਟ ਆਪ ਲਾਸਟ ਮੂਮੈਂਟ ਤੇ ਖੜੇ ਕਰਦੇ ਆ ਤੇ ਆਪਣੇ ਸਾਰੇ ਵਰਕਰ ਜਿਨ੍ਹਾਂ ਨੇ ਪੂਰਾ ਘਰ-ਬਾਰ ਆਪਣਾ ਉਜਾੜ ਕੇ ਮਿਹਨਤ ਕੀਤੀ ਹੁੰਦੀ ਹੈ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਆ ਤੇ ਮੁੜ ਕੇ ਉਸ ਦੀ ਬਾਤ ਵੀ ਨਹੀਂ ਪੁੱਛਦੇ ਕਿ ਤੂੰ ਇਹਨੂੰ ਕੋਈ ਉਹਨੂੰ ਸਹਾਰਾ ਵੀ ਨਹੀਂ ਦਿੰਦੇ ਰੋਣ ਦਾ ਵੀ ਨਹੀਂ ਟਾਈਮ ਦਿੰਦੇ ਪਿੱਟਣ ਦਾ ਵੀ ਨਹੀਂ ਟਾਈਮ ਦਿੰਦੇ ਤਾਂ ਹੁਣ ਇੱਕ ਹੋਰ ਚਾਲ ਇਹ ਆਈ ਆ ਕਿ ਦੂਜੀਆਂ ਪਾਰਟੀਆਂ ਤੋਂ ਵੀ ਮਾੜਾ-ਮੋਟਾ ਹੱਥ ਮਾਰ ਲਿਆ ਜਾਂਦਾ ਇਹ ਕਹਿ ਕੇ ਕਿ ਚੰਗਾ ਤੈਨੂੰ ਕਮਜ਼ੋਰ ਕੈਂਡੀਡੇਟ ਦੇ ਦੇ ਦਾਂਗੇ ਇੱਥੇ ਤੇਰਾ ਤੇਰਾ ਕੰਮ ਹੋਰ ਸੌਖਾ ਹੋ ਜੂ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਉੱਥੋਂ ਵੀ ਮਾਲ ਭਾਈ ਟਰੇਡਰ ਹੈਗੇ ਆ ਤੇ ਜਿਹੜੇ ਟਰੇਡਰ ਆ ਫਿਰ ਚੰਗੀ ਤਰ੍ਹਾਂ ਟਰੇਡ ਕਰਦੇ ਆ ਨਾ ਉਹ ਫਿਰ ਇਹ ਥੋੜੀ ਵੇਖਦੇ ਅੱਗਾ ਪਿੱਛਾ ਤੇ ਆ ਨਾ ਕਰ ਜੇ ਤੇ ਆ ਕਰੀਏ ਫਿਰ ਤੇ ਜਿੰਨਾ ਵੀ ਵੱਧ ਤੋਂ ਵੱਧ ਪ੍ਰੋਫਿਟ ਟਰੇਡ ਦੇ ਵਿੱਚ ਲੈਣਾ ਉਹਨਾਂ ਨੇ ਲੈਣਾ ਇਹ ਕੰਮ ਚੱਲ ਰਿਹਾ ਅੱਜ ਮੈਂ ਅਖੀ ਡਿਠਾ ਹਾਲਤਾਂ ਨੂੰ ਦੱਸਦਾ ਅਸੀਂ ਪ੍ਰੈਸ ਕਾਨਫਰੰਸ ਦੇਖਣ ਗਏ ਸੀ ਅਮਿਤੋਜ ਮਾਨ ਦੀ ਜੂਜ ਦੇ ਪੰਜਾਬ ਦੀ ਤੇ ਉਦੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਬੜੇ ਕੈਮਰੇ ਰੌਲਾ ਪਿਆ ਇੱਕ ਸਟੇਜ ਤੇ ਚੜਿਆ ਬੰਦਾ ਹਾਲਤ ਵਾਈ ਪਾਏ ਮੈਂ ਕਿਹਾ ਇਹ ਕੀ ਕਿੱਥੋਂ ਹੋ ਗਿਆ ਇਹੀ ਤੇ ਅਜੇ ਪ੍ਰੈਸ ਕਾਨਫਰੰਸ ਸ਼ੁਰੂ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਮਹਾਲੀ ਵਾਲੇ ਬੰਦੇ ਆਏ ਆ ਮੈਂ ਕਿਹਾ ਕੀ ਗੱਲ ਕੀ ਕਹਿ ਰਹੇ ਆ ਕਹਿੰਦੇ ਚੱਡਾ ਰਗਵ ਚੱਡਾ ਗੋ ਬੈਗ ਦੇ ਨਾਰੇ ਲਾ ਰਹੇ ਆ ਤੇ ਇਹ ਜਿਹੜਾ ਖੜਾ ਸਟੇਜ ਤੇ ਰੌਲਾ ਪਾ ਰਿਹਾ ਇਹ ਇੱਥੋਂ ਦੇ ਮਹਾਲੀ ਦੇ ਯੂਥ ਵਿੰਗ ਦਾ ਕਨਵੀਨਰ ਆ ਮਹਾਲੀ ਜ਼ਿਲ੍ਹੇ ਦਾ ਤੇ ਇਹਨੇ 3 ਸਾਲ ਹੋ ਗਏ ਇੰਨੀ ਮਿਹਨਤ ਕੀਤੀ ਇੰਨੀ ਮਿਹਨਤ ਕੀਤੀ ਤੇ ਕਲਵੰਤ ਨੂੰ ਟਿਕਟ ਵੇਚਤੀ ਇਸ ਕਰਕੇ ਸਾਰੇ ਪ੍ਰੋਟੈਸਟ ਕਰ ਰਹੇ ਆ ਆਜੂਗਾ ਖਬਰਾਂ ਚ ਅੱਜ ਤੱਕ ਜਦੋਂ ਤੱਕ ਖੋਲੋਗੇ ਤੁਹਾਨੂੰ ਸਾਰਾ ਦੇਖ ਪੂਗਾ ਕਿ ਕੀ ਹੋਇਆ ਵੀਡੀਓ ਤੇ ਆਲਰੇਡੀ ਜਿਹੜੀਆਂ ਇਸ ਪ੍ਰੈਸ ਕਾਨਫਰੰਸ ਦੀ ਚੱਲੀ ਜਾ ਰਹੀ ਹੈ ਅ ਇਸ ਲਈ ਜਿਹੜੀ ਗੱਲ ਮੈਨੂੰ ਲੋਕ ਕਹਿੰਦੇ ਸੀਗੇ ਕਿ ਇਹ ਦੇਖੋ ਜੀ ਪਿੱਛੇ ਪਏ ਹੋਇਆ ਇਹਨਾਂ ਦਾ ਕੋਈ ਨਿਚੀ ਹੋਣਾ ਬਹੁਤ ਹੀ ਬਹੁਤ ਜਰੀਲਾ ਬੋਲਦੇ ਆ ਦੇਖ ਲਓ ਉਹਨਾਂ ਦੇ ਵਰਕਰ ਕਿਵੇਂ ਜਲੰਧਰ ਚ ਕਿੰਨਾ ਵੱਡਾ ਪ੍ਰੋਟੈਸਟ ਹੋਇਆ ਹੋਰ ਜਗ੍ਹਾ ਤੇ ਵੀ ਦੇਖੋ ਐ ਇਸ ਸਾਲ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਨਹੀਂ ਹਰਾਉਣਾ ਇਹਨਾਂ ਦੇ ਜਿਹੜੇ ਕੁਕਰਮ ਤੇ ਪਾਪ ਕੀਤੇ ਆ ਆਪਣੇ ਵਰਕਰਾਂ ਕੋਲੋਂ ਮੁਫਤ ਖਾਦੀ ਹੈ ਇਹ ਗੁਰੂ ਨਾਨਕ ਦੀ ਧਰਤੀ ਹੈ ਜੇ ਤੁਸੀਂ ਪਾਪ ਕਰੋਗੇ ਧੱਕਾ ਕਰੋਗੇ ਇੱਕ ਤੇ ਲੋਕ ਵੀ ਕ੍ਰੋਧਿਤ ਹੁੰਦੇ ਆ ਉਹਦੀ ਉਹਦੇ ਤੇ ਬਗਾਵਤ ਕਰਦੇ ਆ ਪਰ ਇੱਥੇ ਫਲ ਨਹੀਂ ਲੱਗ ਸਕਦਾ ਇਸ ਲਈ ਮੈਨੂੰ ਇਹ ਲੱਗਦਾ ਕਿ ਇਹ ਆਖਰੀ ਚਾਂਸ ਸਿਆ ਕੇਜਰੀਵਾਲ ਪਾਰਟੀ ਦਾ ਹੋਰ ਤੇ ਹੋਰ ਤੁਸੀਂ ਰਾਜੇਵਾਲ ਸਾਹਿਬ ਦੇ ਨਾਲ ਹੀ ਕਿੰਨਾ ਤੁਸੀਂ ਧੋਖਾ ਕੀਤਾ ਇੱਕ ਪਾਸੇ ਉਹ ਟਿਕਟ ਅਨਾਉਂਸ ਕਰੀਗੇ ਦੂਜੇ ਪਾਸੇ ਕਹੀਗੇ ਕਿ ਕਰਦੇ ਆ ਜੀ ਕਰਦੇ ਆ ਜੀ ਕਰਦੇ ਆ ਜੀ ਕਰਦੇ ਆ ਜੀ ਤੇ ਲੇਟ ਕਰਤਾ ਉਹਨਾਂ ਨੇ ਮੇਰਾ ਮਤਲਬ ਸਿਆਣੇ ਤੋਂ ਸਿਆਣੇ ਇਹੋ ਜੀ ਪੋਲਿਟਿਕਸ ਕਰਦੇ ਆ ਸੁਖਵਿੰਦਰ ਕਿ ਜਿਹਦੇ ਨਾਲ ਆਪਣੇ ਹਿੱਤ ਨੂੰ ਅੱਗੇ ਰੱਖਣ ਲਈ ਕਿਸੇ ਦੀ ਵੀ ਕੁਰਬਾਨੀ ਦੇ ਸਕਦੇ ਹਾਂ ਜੀ ਮੈਂ ਪ੍ਰੋਫੈਸਰ ਸਾਹਿਬ ਇੱਥੇ ਸੰਯੁਕਤ ਸਮਾਜ ਮੋਰਚੇ ਤੇ ਹੀ ਆਉਣਾ ਸੀਗਾ ਕਿ ਹੁਣ ਲੋਕਾਂ ਦੇ ਮਨਾਂ 'ਚ ਬੜੇ ਸਵਾਲ ਹੋਏ ਜੇ ਆਪਾਂ ਕਹਿੰਨੇ ਆ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਧਰ-ਉੱਧਰ ਬੰਦੇ ਲਿਆਉਂਦੇ ਤਾਂ ਸੰਯੁਕਤ ਸਮਾਜ ਮੋਰਚੇ ਤੋਂ ਕਿੰਦਾ ਦੀ ਗਰੰਟੀ ਲੋਕ ਲੈਣਗੇ ਕਿ ਕੀ ਇੱਧਰ-ਉੱਧਰਲੇ ਬੰਦੇ ਇਹਨਾਂ ਦੇ ਵਿੱਚ ਨਹੀਂ ਆਉਣਗੇ ਕੀ ਰਾਜੇਵਾਲ ਸਾਹਿਬ ਤੋਂ ਸਭ ਤੋਂ ਪਹਿਲਾਂ ਇਹ ਸਵਾਲ ਕਿਉਂਕਿ ਸਿਆਸੀ ਪਿਰਾ ਨੇ ਇਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਤੇ ਉਂਗਲ ਚੁੱਕਦੇ ਹੋ ਅਸੀਂ ਤੁਹਾਡੇ ਤੋਂ ਵੀ ਪੁੱਛਦੇ ਹਾਂ ਕਿ ਕੀ ਰਾਜੇਵਾਲ ਸਾਹਿਬ ਬਾਕੀ ਪਾਰਟੀਆਂ ਦੇ ਵਿੱਚ ਬਾਦਲ ਸਾਹਿਬ ਦੇ ਨਜ਼ਦੀਕ ਰਹੇ ਕੇਜਰੀਵਾਲ ਸਾਹਿਬ ਦੇ ਨਜ਼ਦੀਕ ਰਹੇ ਕੀ ਇਹ ਇਹ ਸਾਰਾ ਕੁਝ ਕੀ ਆ ਕਿਉਂਕਿ ਉਹ ਵੀ ਇਹਦੇ ਪਰ ਜਵਾਬ ਮੰਗਣਗੇ ਤੇ ਵੱਖਰਾ ਕਿਵੇਂ ਲੈ ਕੇ ਆਉਣਗੇ ਫਿਰ ਇਹ ਇਹਦੇ ਵਿੱਚ ਜਵਾਬ ਇਹ ਵੀ ਦਿਓ ਕਿ ਜੂਝਦਾ ਪੰਜਾਬ ਵਾਲਿਆਂ ਨੇ ਜੋ ਕੁਝ ਕਿਹਾ ਹੈ ਕਹਿੰਦੇ ਕਿ ਉਹ ਸਾਡੇ ਨਾਲ ਹੋਣਗੇ ਉਗਰਾਹਾ ਜਥੇਬੰਦੀ ਨੇ ਜੋ ਕੁਝ ਕਿਹਾ ਇਹ ਸਾਰਾ ਕੁਝ ਵੱਖਰਾ ਕੀ ਹੈ ਇਹਦੇ ਵਿੱਚ ਇਹ ਵੀ ਦੱਸੋ ਦੇਖੋ ਚੂਜ਼ ਦੇ ਪੰਜਾਬ ਵਾਲਿਆਂ ਨੇ ਇੱਕ ਪੰਜਾਬ ਲਈ এজেন্ডਾ ਲਿਆਂਦਾ ਜਿਹਦੇ ਵਿੱਚ ਅ ਤਾਲੀਬਾਲ ਸਾਹਿਬ ਜਿਹੜੇ ਸੀਨੀਅਰ ਪੱਤਰ ਪ੍ਰੇਰਕ ਹੈ ਇਥੋਂ ਦੇ ਇੰਗਲਿਸ਼ ਦੇ ਵਿੱਚ ਰਹੇ ਆ ਸਰਬਜੀਤ ਸਿੰਘ ਤਾਲੀਬਾਲ ਅਮੀਰ ਸਿੰਘ ਨੂੰ ਸਾਰੇ ਆਪਾਂ ਜਾਣਦੇ ਆ ਉਹ ਕਿਸਾਨੀ ਦੇ ਨਾਲ ਰਹੇ ਆ ਉਹ ਵੀ ਹੈਗੀ ਪਰ ਉਹ ਇੱਕ ਸਿਵਲ ਸੁਸਾਇਟੀ ਆਰਗੇਨਾਈਜੇਸ਼ਨ ਹੈਗੀ ਜੂਸ ਦਾ ਪੰਜਾਬ ਉਹਨਾਂ ਇੱਕ ਪ੍ਰੋਗਰਾਮ ਦਿੱਤਾ ਵੀ ਇਹਦੇ ਤੇ ਚੱਲੋ ਕਿਤੇ ਪੰਜਾਬ ਬਚਦਾ ਰਾਜੀਵਾਲ ਸਾਹਿਬ ਤੇ ਪਿਛਲੀ ਮੀਟਿੰਗ ਚ ਵੀ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਚ ਵੀ ਕਿਹਾ ਸੀ ਕਿ ਸਾਨੂੰ ਇਹ ਸਾਰਾ ਪ੍ਰੋਗਰਾਮ ਮਨਜ਼ੂਰ ਹੈ ਪਰ ਅਸੀਂ ਇਹਦੇ ਤੋਂ ਇਲਾਵਾ ਵੀ ਹੋਰ ਚੀਜ਼ਾਂ ਵੀ ਇਹਦੇ ਵਿੱਚ ਐਡ ਕਰਕੇ ਤੇ ਆਪਣਾ ਅਸੀਂ ਬਣਾਵਾਂਗੇ ਜਿਹੜਾ ਸਾਡਾ ਮੈਨੀਫੈਸਟੋ ਹੋਊਗਾ ਅਸੀਂ ਕੱਲਾ ਇਹਦੇ ਤੇ ਸੀਮਿਤ ਨਹੀਂ ਰਹਾਂਗੇ ਇਸ ਗੱਲ ਦੀ ਗੱਲ ਉਹਨਾਂ ਨੇ ਪਹਿਲਾਂ ਹੀ ਦਿੱਤੀ ਹੋਈ ਆ ਹੁਣ ਰਹੀ ਗੱਲ ਕਿ ਕੀ ਜੇ ਇਹ ਨਹੀਂ ਕਰਦੇ ਤਾਂ ਫਿਰ ਇਹ ਜਵਾਬ ਦੇ ਇਹਨਾਂ ਦੀ ਸੰਯੁਕਤ ਸਮਾਜ ਮੋਰਚੇ ਦੀ ਕੀ ਹੋਊਗੀ ਮੇਰੇ ਕੋਲ ਅੱਜ ਹੀ ਇੱਕ ਫਾਰਮ ਆਇਆ ਹੈ ਕਿ ਜਿਹਦੇ ਤੇ ਐਫੀਡੈਵਟ ਕੈਂਡੀਡੇਟਾਂ ਕੋ ਲਿਆ ਜਾਊਗਾ ਕਿ ਆ ਸਾਡਾ ਸਾਡਾ ਸਾਰਾ ਜੇ ਤੁਸੀਂ ਇਹਦੇ ਲਈ ਕੰਮ ਨਹੀਂ ਕਰੋਗੇ ਤਾਂ ਇਹ ਸੰਯੁਕਤ ਸਮਾਜ ਮੋਰਚੇ ਦੀ ਲੀਡਰਸ਼ਿਪ ਦਾ ਪੂਰਨ ਅਧਿਕਾਰ ਹੋਊਗਾ ਕਿ ਤੁਹਾਨੂੰ ਵਾਪਸ ਲਿਆ ਜਾਏ ਤੁਹਾਡੇ ਉਥੇ ਪ੍ਰੈਜ਼ੀਡੈਂਸ ਤੋਂ ਅਸੈਂਬਲੀ ਦੀ ਪ੍ਰੈਜ਼ੀਡੈਂਸ ਤੋਂ ਤੁਹਾਡੀ ਜਿਹੜੀ ਲੈਸਟ ਲਿਸਟ ਮੈਂਬਰਸ਼ਿਪ ਤੋਂ ਕਿਉਂਕਿ ਤੁਸੀਂ ਉਹਨੂੰ ਲਾਗੂ ਨਹੀਂ ਕਰ ਰਹੇ ਤੇ ਇਸ ਕਿਸਮ ਦਾ ਐਫਿਡੇਵਟ ਲਿਆ ਜਾਊਗਾ ਕੱਲੇ-ਕੱਲੇ ਐਪਲੀਕੈਂਟ ਤੋਂ ਜੇ ਉਹ ਸਾਡਾ ਕੈਂਡੀਡੇਟ ਬਣ ਜੂਗਾ ਤਾਂ ਕਿ ਕੁਝ ਤੇ ਉਹਨਾਂ ਨੂੰ ਅਹਿਸਾਸ ਹੋਏ ਕਿ ਇਹ ਇਥੇ ਮੌਜ ਮੇਲੇ ਨਹੀਂ ਆ ਲਈ ਨਹੀਂ ਆ ਰਹੇ ਜਿਹੜਾ ਇਸ ਮੋਰਚੇ ਨੇ ਲੋਕਾਂ ਨਾਲ ਵਾਅਦਾ ਕੀਤਾ ਉਸ ਨੂੰ ਸਿਰੇ ਲਾਉਣ ਲਈ ਇਥੇ ਆ ਰਹੇ ਆ ਇਸ ਕਿਸਮ ਦੀਆਂ ਕੋਚਾਂ ਹੋ ਰਹੀਆਂ ਪਰ ਇੱਕ ਗੱਲ ਮੈਂ ਜ਼ਰੂਰ ਇਥੇ ਕਹਿਣਾ ਕਿ ਲੇਟ ਚੱਲੇ ਆ ਬੜੀ ਤੇਜ਼ੀ ਨਾਲ ਦਿਨ ਰਾਤ ਕੰਮ ਕਰਨਾ ਪੈ ਰਿਹਾ ਤੇ ਉਹਦੇ ਚ ਐ ਨਹੀਂ ਮੈਂ ਕਹਿੰਦਾ ਕਿ 100% ਬਿਲਕੁਲ ਪਰ ਜਿਸ ਕਿਸਮ ਨਾਲ ਸ਼ਿੱਦਤ ਨਾਲ ਸਾਰੇ ਲੋਕ ਲੱਗੇ ਆ ਉਹ ਚੰਗੇ ਤੋਂ ਚੰਗੇ ਕੈਂਡੀਡੇਟ ਵਧੀਆ ਤੋਂ ਵਧੀਆ ਕੈਂਡੀਡੇਟ ਉਤਾਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਮੈਂ ਨਹੀਂ ਸਮੁੱਚੇ ਜਿਹੜੀ ਲੀਡਰਸ਼ਿਪ ਜਿਹੜੀ ਅਸੀਂ ਜੁਗਤ ਸਮਾਜ ਮੋਰਚੇ ਦੀ ਤੇ ਸਾਡਾ ਤੇ ਜਦੋਂ ਗਾਹੇ ਬਗਾਹੇ ਕੋਈ ਗੱਲ ਹੁੰਦੀ ਆ ਸਲਾਹ مشਵਰਾ ਦਾ ਅਸੀਂ ਜ਼ਰੂਰ ਦਿੰਦੇ ਆ ਉਹਦੇ ਚ ਪਰ ਇਹ ਉਹਨਾਂ ਦੀ ਆਪਣੀ ਜਿਹੜੀ ਟੀਮ ਹੈਗੀ ਸਾਰੀ ਸੰਯੁਕਤ ਸਮਾਜ ਮੋਰਚੇ ਦੀ ਉਹ ਇਸ ਗੱਲ ਦੇ ਪੂਰੇ ਵਚਨਬੱਧ ਵੀ ਹੈ ਤੇ ਉਹ ਧਿਆਨ ਵੀ ਦੇ ਰਿਹਾ ਕਿ ਕੋਈ ਮਾੜਾ ਕੈਂਡੀਡੇਟ ਮੈਦਾਨ 'ਚ ਨਾ ਉਤਰੇ ਹਾਂਜੀ ਬਿਲਕੁਲ ਮੇਰਾ ਆਖਰੀ ਸਵਾਲ ਹੈ ਕੈਪਟਨ ਅਮਰਿੰਦਰ ਸਿੰਘ ਟੀਲਿਉ ਖਿੱਦੋਂ ਖੁੰਡੀ ਮਿਲ ਗਈ ਉਹਨਾਂ ਨੂੰ ਗੋਲ ਕਹਿੰਦੇ ਅਸੀਂ ਕਰ ਦੇਣਾ ਰੌਲਾ ਜਿਹੜਾ ਕਾਂਗਰਸ ਦੇ ਵਿੱਚ ਸੀਗਾ ਕੀ ਉਹ ਇਹਨਾਂ ਦਾ ਮੁਕਾਬਲਾ ਕਰ ਰਹੇ ਰੋਕਲੈਂਗੇ ਇਹਨਾਂ ਨੂੰ ਪ੍ਰਗਟ ਸਿੰਘ ਹੋ ਰਹੀ ਉੱਥੇ ਬੈਠੇ ਨੇ ਹਾਕੀ ਦੇ ਵੱਡੇ ਕਪਤਾਨ ਦੇਖੋ ਖਿੱਦੋ ਖੁੱਡੀ ਤੇ ਚਲੋ ਬੱਚੇ ਖੇਡਦੇ ਸੀ ਸਾਡੀ ਮੇਰੀ ਨਾਨੀ ਵੀ ਲੀਰਾ ਤੇ ਪੀੜੀਆਂ ਪਾ ਕੇ ਧਾਗੇ ਦੇ ਨਾਲ ਤੇ ਬਣਾਉਂਦੀ ਸੀ ਤੇ ਖੁੰਡੀ ਹੁੰਦੀ ਹੈ ਜਿਹੜੀ ਨਾ ਕੋਈ ਹਾਕੀਆਂ ਨੂੰ ਮੁੜੀ ਹੋਈ ਬ੍ਰਾਂਚ ਹੋਵੇ ਟਾਲੀ ਵੀ ਲੈਂਦੇ ਸੀ ਅਸੀਂ ਜਾਂ ਕੋਈ ਵੀ ਹੋ ਜੇ ਉਹ ਤੋੜ ਕੇ ਵੱਢ ਕੇ ਆਪਣੀ ਖੁੰਡੀ ਬਣ ਜਾਂਦੀ ਸੀ ਤੇ ਉੱਥੇ ਕੋਈ ਹੋਰ ਤੇ ਹੁੰਦਾ ਨਹੀਂ ਸੀ ਇਹ ਤੇ ਪਛਾਣ ਨੂੰ ਲੈ ਕੇ ਜਾਨੀ ਸੌ ਸਾਲ ਰਾਜਿਆਂ ਨੇ ਤੇ ਰਾਜੇ ਤੇ ਪਿੱਛੇ ਨਹੀਂ ਜਾਂਦੇ ਹੁੰਦੇ ਕੋ ਗਾਂ ਨੂੰ ਥੋੜੀ ਜਾਂਦੇ ਹੁੰਦੇ ਆ ਰਾਜਿਆਂ ਨੇ ਆਖੀ ਥੋੜੀ ਖੇਡਣੀ ਆ ਜਾਂ ਇਹਨਾਂ ਨੇ ਪੁੱਛਿਆ ਉਹ ਕੋੜਿਆਂ ਵਾਲੀ ਗੇਮ ਪੋਲੋ ਖੇਡਣੀ ਹੁੰਦੀ ਆ ਪੋਲੋ ਗਰਾਊਂਡ ਬੜੀ ਤਗੜੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਇਹਨਾਂ ਨੂੰ ਪੋਲੋ ਦੀ ਸਟਿਕ ਦੇਣਗੇ ਪਰ ਇਹਨਾਂ ਨੇ ਉਹ ਵੀ ਨਹੀਂ ਦਿੱਤੀ ਖਿੱਦੋ ਖੁੰਡੀ ਦਿੱਤੀ ਐ ਤੇ ਬੱਚਿਆਂ ਵਾਲੀ ਖੇਡ ਲਿਆ ਖੇਲੀ ਜਾਣ ਤੇ ਜੇ ਕੋਈ ਰੀਅਲ ਸੈਂਸ ਦੇ ਵਿੱਚ ਹਾਕੀ ਖੇਡਣੀ ਹੈ ਤਾਂ ਫੇਰ ਇਹ ਕਿੱਤਾ ਦੇ ਮਜ਼ਾਕ ਕੀ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨਾਲ ਵੀ ਤੁਸੀਂ ਬੱਚੇ ਆ ਜੇ ਪੋਲਿਟਿਕਸ ਦੇ ਵਿੱਚ ਸਮਝਦੇ ਤੁਸੀਂ ਆਪਣੇ ਆਪ ਨੂੰ ਮਹਾਰਾਜਿਆਂ ਪਰ ਡੈਮੋਕਰੈਟਿਕ ਪੋਲਿਟਿਕਸ ਵਿੱਚ ਤੁਸੀਂ ਖਿੱਦੋਖੁੰਡੀ ਖੇਡਣ ਵਾਲੇ ਇਹ ਗੱਲ ਤੁਹਾਡੀ ਠੀਕ ਹੈ ਕਿ ਪ੍ਰਗਟ ਸਿੰਘ ਅੱਗੇ ਹਾਕੀ ਦੇ ਕੈਪਟਨ ਬੈਠੇ ਆ ਤੇ ਇੱਥੇ ਫੌਜ ਦੇ ਜਿਹੜੇ ਥੋੜੀ ਜੀ ਦੇਰ ਨੌਕਰੀ ਕੀਤੀ ਸੀ ਕੈਪਟਨੀ ਦੀ ਤੇ ਪਤਾ ਨਹੀਂ ਕਿਵੇਂ ਗਏ ਕਿੱਦਾਂ ਨਹੀਂ ਗਏ ਤੇ ਉਹ ਹੀ ਜਾਣਦੇ ਹੋਣਗੇ ਤੇ ਫਿਰ ਆ ਗਏ ਸੀ ਸ਼ਾਇਦ ਉਹਤੇ ਨਹੀਂ ਦਿਲ ਲੱਗਾ ਹੋ ਤੇ ਉਹ ਕੈਪਟਨ ਜਿਹੜੇ ਫੌਜ ਵਾਲੇ ਰਿਟਾਇਰ ਜਿਹੜੇ ਹੈਂਪਰੀ ਲੱਗੇ ਉੱਥੇ ਕੈਪਟਨ ਤੇ ਜਿਹੜੇ ਇੱਥੇ ਹੌਕੀ ਵਾਲੇ ਕੈਪਟਨ ਆ ਇਹ ਮੁਕਾਬਲੇ ਤੇ ਹੋਣਗੇ ਦੇਖਣਗੇ ਲੋਕੀ ਸਾਰਾ ਜਾਣਦੇ ਆ ਫਰਕ ਨੂੰ ਵੀ ਜਾਣਦੇ ਆ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਕੈਪਟਨ ਸਾਹਿਬ ਆ ਉਹ ਇੰਡੀਪੈਂਡੈਂਟ ਤੌਰ ਤੇ ਉਹਨਾਂ ਦੀ ਪਾਰਟੀ ਕੁਝ ਵੀ ਕਰ ਪਾਊਗੀ ਉਹਨਾਂ ਲਈ ਬਿਹਤਰ ਜਗ੍ਹਾ ਹੈ ਕਿ ਬੀਜੇਪੀ 'ਚ ਸਿੱਧਾ ਚਲੇ ਜਾਣ ਇਹਦੇ ਨਾਲ ਬੀਜੇਪੀ ਨੂੰ ਵੀ ਰਾਹਤ ਮਿਲੂਗੀ ਤੇ ਇਹਨਾਂ ਨੂੰ ਵੀ ਇੱਕ ਥੋੜਾ ਚੰਗਾ ਪਲੇਟਫਾਰਮ ਮਿਲ ਜਾਊਗਾ ਜੇ ਹੋਰ ਕੁਝ ਨਹੀਂ ਤੇ ਬਾਅਦ ਚ ਕੱਲ ਨੂੰ ਕੋਈ ਗਵਰਨਰਸ਼ਿਪ ਦੇ ਦੇਣਗੇ ਇਹ ਜਿਹੜਾ ਬਾਰ 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 ਬਰਾਟੇ ਦੇ ਰਹਿ ਕੇ ਤੇ ਨਾਲੋਂ ਨਾਲ ਤੁਸੀਂ ਦੂਜੇ ਦੀ ਸੇਵਾ ਕਰਨੀ ਇਹ ਲੋਕੀ ਤੇ ਜਾਣਦੇ ਆ ਕਿ ਕਿੱਥੇ ਕੀ ਹੋ ਰਿਹਾ ਜਾਨੀ ਬੀਜੇਪੀ ਦੇ ਅਜੇ ਜਿਹੜੀ ਢਿੱਡ ਚ ਹੁੰਦੀ ਆ ਇਹਨਾਂ ਦੇ ਮੂੰਹ ਤੇ ਹੁੰਦੀ ਆ ਕਿ ਤੇ ਉਹਨਾਂ ਨਾਲੋਂ ਚੋਰ ਨਾਲੋਂ ਪੰਡ ਗਾਲੀ ਵੀ ਦੇਸ਼ ਨੂੰ ਖਤਰਾ ਪਾਕਿਸਤਾਨ ਡਰੋਨ ਆ ਗਏ ਓਏ ਓਥਾ ਆ ਗਏ ਸਮਗਲਰ ਆ ਗਏ ਫਲਾਣੇ ਆ ਗਏ ਸੂਏ ਆ ਗਏ ਦਿੱਤ ਕਰੇ ਵੀ ਰੌਲਾ ਪਾਉਂਦੇ ਆ ਤੇ ਇਹੋ ਜਿਹੇ ਬੰਦੇ ਤੇ ਬੀਜੇਪੀ ਨੂੰ ਤੇ ਆਰਐਸਐਸ ਨੂੰ ਬਹੁਤ ਜ਼ਿਆਦਾ ਸੂਟ ਕਰਦੇ ਆ ਇਸ ਲਈ ਖਿੱਦੋਖੁੰਡੀ ਨਾ ਖੇਡਣਾ ਜਾਂ ਬੀਜੇਪੀ ਤੇ ਜਾ ਕੇ ਕੰਮਲ ਖਲਾਉਣਾ ਇਹ ਫੈਸਲਾ ਕਰ ਲੈਣਾ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਵਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਔਰ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਮੌਜੂਦ ਸਨ ਉਹ ਕੇ ਸਿਆਸੀ ਮਾਰਕ پروفیسر ਮਨਜੀਤ ਸਿੰਘ ਪੰਜਾਬ ਦੀ ਸਿਆਸਤ ਮਿੱਤ ਨਵਾ ਕੋਈ ਨਾ ਕੋਈ ਇਧਰੋਂ ਉਧਰੋਂ ਸਾਨੂੰ ਸੁਣਨ ਨੂੰ ਮਿਲ ਜਾਂਦਾ ਹੈ ਕਿ ਕਿਸੇ ਨੂੰ ਕਿਦੋਂ ਕੁੰਡੀ ਕੋਈ ক্রিকেট ਦੇ ਵੱਡੇ 스타 ਨੇ ਨਵਜੋਤ ਸਿੱਧੂ ਬਰਗਟ ਸਿੰਘ ਹੋ ਗਏ ਚਰਨਜੀਤ ਸਿੰਘ ਚੰਨੀ ਆਪਣੇ ਆਪ ਦੇ ਵਿੱਚ ਕੁਝ ਕੁ ਦਿਨਾਂ ਦੇ ਮੁੱਖ ਮੰਤਰੀ ਭਾਵੇਂ ਰਹੇ ਪਰ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਜੋ ਕੁਝ ਕੀਤਾ ਉਹ ਲੋਕ ਸਮਝਦੇ ਨੇ ਕੋਈ ਕਹਿੰਦਾ ਐਲਾਨ ਕਰ ਦਿੱਤਾ ਕੋਈ ਕਹਿੰਦਾ ਸਾਰਾ ਕੁਝ ਵਿੱਚ ਹੀ ਲੰਕਾ ਕੇ ਚਲੇ ਗਏ ਰਹੀ ਗੱਲ ਅਰਵਿੰਦ ਕੇਜਰੀਵਾਲ ਦੀ ਸਮਾਜ ਮੋਰਚੇ ਜਿਹੜਾ ਉਹ ਉਹਨਾਂ ਦੇ ਜਿਹੜਾ ਗੁਬਾਰਾ ਇੱਕ ਬਣਾਇਆ ਸੀ ਆਵਾਜ਼ ਪਾਰਟੀ ਦਾ ਉਹਦੀ ਹਵਾ ਕੱਢਦਾ ਕਿਤੇ ਨਾ ਕਿਤੇ ਨਜ਼ਰ ਆਉਂਦਾ ਲੋਕਾਂ ਨੇ ਹੁਣ ਤੈਅ ਕਰਨਾ ਕਿ 2022 ਦੇ ਵਿੱਚ ਕਿਹਦੀ ਜਿਹੜੀ ਗੁੱਡੀ ਉਚੜੋਣੀ ਹੈ ਜਿਹਦੇ ਨਾਲ ਪੰਜਾਬ ਜਿਹੜਾ ਉਹ ਕੁਗਵਸਦਾ ਪੰਜਾਬ ਦਾ ਪਵਿੱਕ ਪੰਜਾਬ ਦੇ ਲੋਕ ਪੰਜਾਬ ਚ ਰਹਿ ਕੇ ਪੰਜਾਬ ਪ੍ਰਤੀ ਸੋਚਨ ਤੇ ਪੰਜਾਬ ਦੇ ਵਿਕਾਸ ਨੂੰ ਅੱਗੇ ਲੈ ਕੇ ਜਾ ਆਪਣੇ ਵਿਚਾਰ ਕਮੈਂਟ ਜ਼ਰੂਰ ਕਰੋ ਤਾਂ ਕਿ ਪੰਜਾਬ ਨੂੰ ਸਬਸਕ੍ਰਾਈਬ ਕਰੋ ਨਿਮ ਜੀਅਜ਼ਤ ਦਿਓ ਤਾਂ